ਤਾਂ ਜੀ ਸਿੱਧੂ ਮੂਸੇਵਾਲੇ ਦੇ ਫਾਈਨਲ ਲਈ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਦੋਸਤੋ। ਤਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਫਾਈਨਲ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਹਿਲਾਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਦੂਜਾ ਵੀਡੀਓ ਨੂੰ ਪੂਰਾ ਦੇਖੋ ਤਾਂ ਕਿ ਤੁਹਾਨੂੰ ਸਾਰੀ ਗੱਲਬਾਤ ਸਮਝ ਵਿੱਚ ਆ ਜਾਵੇ। ਦੋਸਤੋ ਸਿੱਧੂ ਮੂਸੇਵਾਲੇ ਦੀ ਟੇਪ ਮੂਸਾ ਟੇਪ ਮਤਲਬ ਕਿ ਸਿੱਧੂ ਮੂਸੇਵਾਲੇ ਦੀ ਜੋ ਐਲਬਮ ਹੈ ਜੋ ਉਹ ਆ ਰਹੀ ਹੈ ਜਿਹਦੇ ਬਾਰੇ ਕਿ ਆਪਾਂ ਨੂੰ ਪਤਾ ਹੀ ਹੈ। ਪਰ ਦੋਸਤੋ ਸਿੱਧੂ ਮੂਸੇਵਾਲੇ ਨੇ ਹੁਣ ਸਵੇਰੇ ਸਵੇਰੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਆਪਣੇ ਨਵੇਂ ਗਾਣੇ ਦਾ ਪੋਸਟਰ ਪਾ ਦਿੱਤਾ ਹੈ ਜਿਸ ਦਾ ਨਾਮ ਉਹਨਾਂ ਨੇ ਰੱਖਿਆ ਹੈ IDGAF। ਮਤਲਬ ਦੋਸਤੋ ਇਸ ਦਾ ਮਤਲਬ ਤਾਂ ਬਹੁਤ ਡੂੰਘਾ ਹੈ ਅਤੇ ਹਿੱਟਰਾਂ ਲਈ ਇਹ ਗਾਣਾ ਬਹੁਤ ਹੀ ਖਤਰਨਾਕ ਹੋਣ ਵਾਲਾ ਹੈ। ਦੋਸਤੋ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਮਤਲਬ ਵੀ ਦੱਸ ਦਈਏ ਕਿ IDGAF ਦਾ ਮਤਲਬ ਕੀ ਹੁੰਦਾ ਹੈ। IDGAF ਦਾ ਮਤਲਬ ਆਈ ਡੋਂਟ ਗਿਵ ਆ, ਅੱਗੇ ਤੁਸੀਂ ਜਾਣਦੇ ਹੋ ਪਰ ਕਮੈਂਟ ਨਾ ਕਰਿਓ ਇਹ ਚੀਜ਼ ਕਮੈਂਟ ਬਾਕਸ ਵਿੱਚ, ਕਿਉਂਕਿ ਸਿੱਧੂ ਮੂਸੇਵਾਲਾ ਹੀ ਲਿਖਿਓ ਕਮੈਂਟ ਬਾਕਸ ਦੇ ਵਿੱਚ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਗਾਣਾ ਜੋ ਹਿੱਟਰਾਂ ਦੇ ਮੂੰਹ 'ਤੇ ਚਪੇੜ ਵਾਂਗ ਵੱਜੇਗਾ, ਕਿਉਂਕਿ ਸਿੱਧੂ ਮੂਸੇਵਾਲੇ ਨੇ ਇਸ ਗਾਣੇ ਵਿੱਚ ਕਰਾਰੇ ਕਰਾਰੇ ਜਵਾਬ ਹੈ ਜੋ ਹਿੱਟਰਾਂ ਨੂੰ ਦਿੱਤੇ ਹਨ। ਬਾਕੀ ਦੋਸਤੋ ਤੁਹਾਨੂੰ ਕਿੰਨਾ ਕੁ ਇੰਤਜ਼ਾਰ ਹੈ ਇਸ ਐਲਬਮ ਦਾ ਸਾਨੂੰ ਵੀ ਦੱਸ ਦਿਓ। ਧੰਨਵਾਦ ਦੋਸਤੋ, ਮਿਲਦੇ ਹਾਂ ਹੋਰ ਅਪਡੇਟਾਂ ਦੇ ਨਾਲ।